बिस्मिल्लाहिर्रहमानिर्रहीम, अस्सलाम वालेकुम। मैं आपका वीर दोस्त गुलाम मुर्तज़ा, तुसीं वेख रहे मुर्तज़ा टीवी। मेरे चैनल सबसक्राइब करो, नाल इक बैल दा बटन वी ओके करो, क्योंकि हर वीडियो मेरे दोस्तों वीरां लई जल्दी जल्दी पहुँच सके। अज मझ लै के आए हैं दोस्तों लई दूजे सूए काली शाह मझ। धुनी घोड़ी बिल्कुल नहीं हैगी, बड़ी पशम बड़ी नसल जात वाली मझ है, धुनी घोड़ी बिल्कुल नहीं हैगी। माशाल्लाह चंगा गिठ गिठ दा विरले मोठ भर थन ने, ਚੰਗਾ ਵਾਨ ਹੈ ਮਾਸ਼ਾਅੱਲਾ। ਚੰਗਾ ਵਾਨ ਹੈ ਮਾਸ਼ਾਅੱਲਾ, ਕਿਉਂਕਿ ਅਜੇ ਸੁਬਾਹ ਦਾ ਟਾਈਮ ਹੈ, ਤਕਰੀਬਨ 10 ਕੁ ਦਾ ਟਾਈਮ ਹੈਗਾ ਮੈਂ ਵੀਡੀਓ ਬਣਾ ਰਿਹਾ, ਕਿਉਂਕਿ ਮੈਂ ਨਹੀਂ ਕਦੇ ਖੜ ਲਾਈ ਹੋਵੇ, ਵੀਡੀਓ ਬਣਾਈ ਹੋਵੇ ਇਸ ਤਰੀਕੇ, ਮੈਂ ਕਦੇ ਨਹੀਂ ਕੰਮ ਕੀਤਾ। ਪੁੱਠਾ ਵੇਖੋ ਮਾਸ਼ਾਅੱਲਾ ਮਾਜ ਦਾ, ਅਤੇ ਦੂਸਰੀ ਕਹਾਂਗੇ ਉਸਤਾਦ ਨੂੰ ਟੋਰ 'ਤੇ ਬਿਠਾਵੇ, ਰੱਸਾ ਕੱਢੀ ਤਾਲੇ ਨੂੰ ਖੋਲੀ। ਪਤਲੀ ਪੂਛ ਹੈ ਬਿਲਕੁਲ, ਚੰਗਾ ਵਾਨਾ ਮਾਸ਼ਾਅੱਲਾ, ਚੰਗੀਆਂ ਵੰਡਾਂ ਨੇ, ਕਿਉਂਕਿ ਸੁਬਾਹ ਦਾ ਟਾਈਮ ਹੈ ਜੀ। ਚੰਗਾ ਕੱਦ ਸ਼ਾਨ ਵੱਖੀ ਵੇਖ ਲਓ ਸ਼ਾਨ ਦੋਸਤੋ, ਤੁਸੀਂ ਕਰਨੀ ਮਾਸ਼ਾਅੱਲਾ ਜੀ। ਚੰਗਾ ਮੋਟ ਮੋਟ ਦਾ ਥਾਨ ਲੱਗਿਆ, ਵਿਰਲ ਵੀ ਚੰਗਾ। ਸ਼ਾਮ ਨੂੰ ਮੱਝ ਜਾਂਦੇ ਨੇ, ਤੁਰਿਆ ਨਹੀਂ ਜਾਂਦਾ, ਇੱਥੇ ਹੋ ਜਾਂਦੀ। ਦੂਜੀਆਂ ਗੱਲਾਂ ਮਾਲਕ ਤੋਂ ਪੁੱਛਾਂਗੇ, ਮਗਰ ਕੀ ਜਾਂਦੇ ਕੱਟਾ? ਮੇਰਾ ਹੱਥ ਕੋਈ ਵੀ ਕੋਈ ਨਹੀਂ ਥਿਆ ਹੈਗਾ, ਮੁੰਡਾ ਕਿੱਥੇ ਆ? ਮਗਰ ਕੱਟਾ ਜੀ। ਦੂਜੀਆਂ ਗੱਲਾਂ ਮਾਲਕ ਤੋਂ ਪੁੱਛਣੇ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ ਭਾਈ, ਕੀ ਹਾਲ ਚਾਲ? ਸ਼ੁਕਰ ਅੱਲਾਹ। ਭਾਈ ਜਾਨ ਨੇ ਕਿਵੇਂ ਸੋਏ? ਦੂਜਾ ਸੁਬਾ ਸੋਈ। ਦੂਸਰਾ ਸੁਬਾ ਸੋਈ, ਕਿੰਨੇ ਦਿਨ ਹੋ ਗਏ ਸੂਈ ਨੂੰ? ਅੱਜ ਤੀਸਰਾ ਦਿਨ ਸੋਈ। ਤੀਸਰਾ ਦਿਨ ਹੋ ਗਿਆ ਸੂਈ ਨੂੰ। ਦੁੱਧ ਕਿੰਨਾ ਕਰਦੀ? ਤਕਰੀਬਨ ਬੱਚਨ ਛੱਡ ਤੇ 10-12 ਲੀਟਰ ਬੋਲ ਆਈ ਹੈ ਅਜੇ ਤੱਕ। ਅਜੇ ਬੋਲ ਆਈ ਹੈ 10-12 ਲੀਟਰ? ਹਾਂਜੀ। ਤੇ ਚੁਆਈ ਚੁਈ ਬਿਲਕੁਲ ਠੀਕ? ਬਿਲਕੁਲ ਓਕੇ। ਇਹ ਕਿੰਨਾ ਕੁ ਦੁੱਧ, ਕੋਈ ਨਸਲ ਦਾ ਪਤਾ ਹੋਵੇ, ਕਿੰਨਾ ਕਰ ਜਾਏਗੀ? ਤਕਰੀਬਨ ਇਹ ਪਿਛਲੇ ਸੂਏ ਮੱਝ 14-15 ਕਿਲੋ ਦੁੱਧ ਕਰਦੀ ਸੀ। ਐਤੀ ਤਾਂ ਜ਼ਿਆਦਾ ਕਰਨਾ ਚਾਹੀਦਾ, ਕਿ ਅੱਲਾ ਦੇ ਹੁਕਮ ਨਾਲ ਦੁੱਧ 17-18 ਕਿਲੋ ਮੈਂ ਕਰ ਸੀ। ਕਰਨਾ ਵੀ ਚਾਹੀਦਾ, ਮੱਝ ਵੀ ਮਾਸ਼ਾਅੱਲਾ ਚੰਗੀ। 25 ਦਿਨਾਂ ਤੋਂ ਬਾਅਦ ਜਦੋਂ ਮੈਲ ਮੂਲ ਸੁੱਟੀ ਨਾ ਮੱਝ ਨੇ, ਤਕਰੀਬਨ 17-18 ਕਿਲੋ ਦੁੱਧ ਕਰ ਸੀ। ਅੱਛਾ ਭਾਈ ਜਾਨ, ਇਹਦਾ ਪਿਆਰ ਮੁਹੱਬਤ ਵਾਲੀ ਕੀਮਤ ਕਿੰਨੀ? ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਤਾਂ ਜਿਵੇਂ ਮਰਜ਼ੀ ਕਿਰਾਏ ਰੱਖੇ, 3.5 ਲੱਖ ਦੀ ਮੱਝ ਵੇਚੀ। 3.5 ਦੀ ਵੇਚਣੀ, ਇਹਦੇ 'ਚ ਕੋਈ ਪਿਆਰ ਮੁਹੱਬਤ ਸ਼ਾਮਿਲ ਹੈ? ਕੋਈ ਮਾੜਾ ਮੋਟਾ ਪਿਆਰ ਮੁਹੱਬਤ ਹੋ ਜਾ ਸੀ, ਮਰਲ ਵੇਚਣੀ 3.5 ਦੀ। ਅੱਛਾ, ਇਹਦੇ ਜੇ ਕੋਈ ਕਿਰਾਇਆ ਭਾੜਾ ਤਾਂ ਮੇਰੇ ਸਾਡੇ ਦੋਸਤਾਂ ਦੇ ਆਏ ਦੀਦ ਕਰੋਗੇ ਨਾ? ਬਿਲਕੁਲ ਕਰਸਾ। ਠੀਕ ਹੈ, ਮਿਹਰਬਾਨੀ, ਇੱਕ ਦਫ਼ਾ ਫਿਰ ਮੱਝ ਤੁਹਾਨੂੰ ਦਿਖਾ ਦੀ। ਮੱਝ ਮਾਸ਼ਾਅੱਲਾ ਕਾਲੀ ਸ਼ਾਹ ਮੱਝ, ਚੰਗੀ ਕਿੰਨੀ ਵੀ ਕਹੀ ਜਾਵੇ ਉਨੀ ਘੱਟ ਹੈ ਮਾਸ਼ਾਅੱਲਾ। ਚੰਗਾ ਕੱਦ ਕਬਾੜੇ ਵਾਲੀ ਮੱਝ, ਚੰਗਾ ਥਾਨ ਲੱਗਿਆ ਕਾਲੀ ਸ਼ਾਹ ਮੱਝ। ਜੈਨਮਨ ਦੂਜੇ ਸੂਬੇ ਜੀ, ਜੈਨਮਨ ਦੂਜੇ ਸੂਬੇ ਜੀ। ਦੇਖੋ ਉਹਨੇ ਚੱਡਾ ਬਾਹਰ ਕੱਢੀ ਖੜੀ ਹੈ, ਸ਼ਾਮ ਨੂੰ ਤਾਂ ਫਿਰ ਤੁਹਾਨੂੰ ਪਤਾ ਫੁੱਟ ਫੁੱਟ ਬਾਹਰ ਕੱਢੇਗੀ ਆਪੇ। ਨਾਲੇ ਅਜੇ ਤਾਜ਼ੀ ਸੂਈ ਹੈ ਮੱਝ, 10-12 ਦਿਨਾਂ ਤੋਂ ਜਾ ਕੇ ਮੱਝ ਬਣਦੀ ਅਤੇ ਚੰਗੀ ਮੈਂ ਬਣੇਗੀ ਇਨਸ਼ਾਅੱਲਾ, ਕਿਉਂਕਿ ਹੁਣ ਸੁਬਾਹ ਦਾ ਤਕਰੀਬਨ 10 ਕੁ ਦਾ ਟਾਈਮ ਹੈ, ਵੀਡੀਓ ਬਣਾ ਰਿਹਾ ਮੈਂ। ਫਿਰ ਪੂਛ ਬਿਲਕੁਲ ਬਰੀਕ ਪੂਛ,
ਕਾਲੀ ਸ਼ਾਹ ਮੱਝ, ਸਾਰੀ ਕਾਲੀ ਸ਼ਾਹ ਮੱਝ, ਸਿਰਫ ਪੂਛ ਥੋੜ੍ਹੀ ਜਿਹੀ ਸਫੈਦ ਹੈ, ਥੋੜ੍ਹੀ ਜਿਹੀ। ਕੱਟਾ ਵੀ ਮੱਝ 'ਤੇ ਗਿਆ, ਬਿਲਕੁਲ ਬਿਲਕੁਲ ਮੱਝ 'ਤੇ ਗਿਆ। ਉਮੀਦ ਕਰਨੇ ਅੱਜ ਦੀ ਵੀਡੀਓ ਦੋਸਤਾਂ ਨੂੰ ਬੜੀ ਪਸੰਦ ਆਏਗੀ, ਔਰ ਜਲਦ ਹੀ ਮਿਲਣੇ ਅਗਲੀ ਵੀਡੀਓ 'ਤੇ। ਪਾਕਿਸਤਾਨ ਜ਼ਿੰਦਾਬਾਦ, ਅੱਲਾ ਹਾਫਿਜ਼।